ਗੱਡੀ ਰਾਤੀ ਖੜੀ ਕੀਤੀ ਆਪਾਂ ਆਪਣੀ ਰੋਜ਼ ਦੀ ਤਰ੍ਹਾਂ ਜਿੱਦਾਂ ਪਾਰਕ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਬਾਹਰ 10:30-11 ਵਜੇ ਸਵੇਰੇ ਆ ਕੇ ਕਿਸੇ ਨੇ ਦੱਸਿਆ ਕਿ ਗੱਡੀ ਦੇ ਦੋਨੇ ਸ਼ੀਸ਼ੇ ਤੋੜੇ ਹੋਏ ਆ। ਇਹ ਇੱਕ ਵਾਰੀ ਪਹਿਲਾਂ ਪਿਛਲੇ ਮਹੀਨੇ ਪਹਿਲਾਂ ਵੀ 19 ਸਤੰਬਰ ਨੂੰ ਵੀ ਕੋਈ ਗੱਡੀ ਦਾ ਸ਼ੀਸ਼ਾ ਤੋੜ ਗਿਆ ਸੀ, ਉਹਦੀ ਵੀ ਕੰਪਲੇਂਟ ਦਿੱਤੀ ਹੈ ਪਰ ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ। ਉੱਥੇ ਰੋਜ਼ ਨਿਰੰਤਰ ਇਹ ਜੂਆ ਚੱਲਦਾ, ਸ਼ਰਾਬ ਵਿਕ ਰਹੀ ਹੈ, ਗੱਡੀਆਂ ਨੁਕਸਾਨ ਵੀ ਕੀਤੇ ਆ, ਕਾਫੀ ਗੱਡੀਆਂ ਸ਼ੀਸ਼ੇ ਤੋੜੇ ਆ, ਸਾਡੀ ਗੱਡੀ ਦਾ ਦੂਜੀ ਵੀ ਸ਼ੀਸ਼ਾ ਤੋੜ ਦਿੱਤਾ ਗਿਆ। ਔਰ ਮਤਲਬ ਇਹ ਚਾਹੁੰਦੇ ਕਿ ਇਹਨੂੰ ਥੋੜ੍ਹਾ ਸੋਰਟ ਆਊਟ ਕੀਤਾ ਜਾਵੇ, ਇੱਥੇ ਮਤਲਬ ਸਿਕਿਉਰਿਟੀ ਜ਼ਰੂਰ ਲਗਾਈ ਜਾਵੇ ਪ੍ਰਸ਼ਾਸਨ ਵੱਲੋਂ, ਉਸਦੇ ਨਾਲ ਦਾ ਕੈਮਰੇ ਵੀ ਲਗਾਏ ਜਾਣ ਤਾਂ ਕਿ ਇਹਨੂੰ ਰੋਕਿਆ ਜਾ ਸਕੇ। ਅਤੇ ਦੱਸਣਾ ਜੇ ਆਪਾਂ ਦਰਖਾਸਤ ਲੈ ਲਈ ਹੈ ਅਤੇ ਤੁਸੀਂ ਸਾਨੂੰ ਪੜਦੇ ਨਾਲ ਫੋਨ ਨੰਬਰ ਦਿਓ ਅਤੇ ਅਸੀਂ ਉਹ ਉਹਦੀ ਲੋਕੇਸ਼ਨ ਕਢਾਉਂਦੇ ਹਾਂ, ਜੇ ਉਹਦੇ ਇੱਥੇ ਲੋਕੇਸ਼ਨ ਆ ਗਏ ਤਾਂ ਫਿਰ ਉਹਦੇ ਬੰਦੀ ਕਰ ਵੀ ਕਰਾਂਗੇ। ਪੜਦੇ ਨਾਲ ਨੰਬਰ ਦਿਓ, ਮਤਲਬ ਦੋ ਤੋਂ ਨੰਬਰ ਦੇ ਦਿਓ, ਤੁਹਾਡਾ ਨਾਮ ਪੁੱਛਣਾ ਵੀ ਕਿਹੜਾ ਨੰਬਰ ਆ, ਅਸੀਂ ਆਪਾਂ ਵੀ ਲੋਕੇਸ਼ਨ ਕਢਾਉਂਦੇ ਹਾਂ। ਬੰਦੀ ਕਰ ਵੀ ਸਕਦੇ ਹਾਂ ਲੋਕ ਕਰੋ।